ਹਾਂਜੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਸਾਡੇ YouTube ਚੈਨਲ ਅਗਜ਼ਾਮ ਸਟੱਡੀ ਵਿਦ ਜੋਬ ਅਲਰਟ ਵਿੱਚ ਜਿਵੇਂ ਕਿ ਆਪਾਂ ਸਾਰਿਆਂ ਨੂੰ ਪਤਾ ਹੈ ਜੋ ਵਰਡਰ ਏਰੀਆ ਵਿੱਚ ਹੈ ਜੋ ਅਧਿਆਪਕ ਦੀਆਂ ਪੋਸਟਾਂ ਆਈਆਂ ਹੋਈਆਂ ਨੇ ਮਾਸਟਰ ਕੈਡਰ ਦੀਆਂ ਤਾਂ ਇਹਨਾਂ ਦੀ ਕੈਟਾਗਰੀ ਵਾਈਜ਼ ਵੰਡ ਬਾਰੇ ਅਸੀਂ ਡਿਸਕਸ ਕਰ ਰਹੇ ਹਾਂ ਅੰਗਰੇਜ਼ੀ ਸਬਜੈਕਟ ਤੇ ਅਸੀਂ ਵੀਡੀਓ ਪ੍ਰੋਵਾਈਡ ਕਰ ਦਿੱਤੀ ਹੈ ਤੇ ਅੱਜ ਦੀ ਵੀਡੀਓ ਹੋ ਗਈ ਸਾਇੰਸ ਸਬਜੈਕਟ ਤੇ ਇਸ ਵਿੱਚ ਹੈ ਜੋ 700 ਪੋਸਟਾਂ ਆਈਆਂ ਹੋਈਆਂ ਨੇ ਸਾਇੰਸ ਸਬਜੈਕਟ ਦੀਆਂ ਕਿਹੜੀ ਕੈਟਾਗਰੀ ਨੂੰ ਕਿੰਨੀਆਂ ਪੋਸਟਾਂ ਆਉਣਗੀਆਂ ਇਹ ਅਸੀਂ ਤੁਹਾਡੇ ਨਾਲ ਡਿਸਕਸ ਕਰਾਂਗੇ एससी ਨੂੰ ਕਿੰਨੇ ਆਉਣਗੀਆਂ ਜਨਰਲ ਨੂੰ ਕਿੰਨੇ ਆਉਣਗੀਆਂ बीसी ਅਤੇ ओबीसी ਨੂੰ ਕਿੰਨੇ ਆਉਣਗੀਆਂ ਫੀਸ ਉਮਰ ਹੱਦ ਇਸ ਬਾਰੇ ਵੀ ਅਸੀਂ ਗੱਲ ਕਰਾਂਗੇ ਸੋ ਸਟੈਪ ਬਾਈ ਸਟੈਪ ਤੁਹਾਨੂੰ ਦੱਸਾਂਗੇ ਸੋ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਜੀ ਤਾਂ ਜੋ ਤੁਹਾਨੂੰ ਇਸੇ ਤਰ੍ਹਾਂ ਵੀਡੀਓ ਦੀ ਅਪਡੇਟ ਐਜੋ ਮਿਲਦੀ ਰਹੇ ਇਸ ਤੋਂ ਇਲਾਵਾ ਅਸੀਂ ਐਮਸੀਕਿਊ ਕੁਐਸਚਨ ਹੈ ਜੋ ਮਾਸਟਰ ਕੀਡਰ ਦੇ ਸਬਜੈਕਟ ਨੇ ਪ੍ਰੋਵਾਈਡ ਕਰ ਰਹੇ ਹਾਂ ਬਹੁਤ ਸਾਰੀਆਂ ਵੀਡੀਓ ਸਾਡੇ ਚੈਨਲ 'ਚ ਅਵੇਲੇਬਲ ਨੇ ਉਹ ਸਾਡੇ ਚੈਨਲ ਦੀ ਪਲੇਲਿਸਟ ਵਿੱਚ ਜਾ ਕੇ ਦੇਖ ਸਕਦੇ ਹੋ ਜਾਂ ਫਿਰ ਇਸ ਵੀਡੀਓ ਦੀ ਡਿਸਕ੍ਰਿਪਸ਼ਨ ਵਿੱਚ ਅਸੀਂ ਪਲੇਲਿਸਟ ਦਾ ਲਿੰਕ ਲਗਾ ਦੇਵਾਂਗੇ ਜਿੱਤੇ ਕਲਿੱਕ ਕਰਕੇ ਤੁਸੀਂ ਸਾਰੀਆਂ ਵੀਡੀਓ ਰੀਡ ਕਰ ਸਕਦੇ ਹੋ ਤਾਂ ਚਲੋ ਜੀ ਡਿਸਕਸ ਕਰਦੇ ਹਾਂ ਇਸ ਬਾਰੇ ਤਾਂ ਤੁਸਾਰੇ ਨੇ ਇਸ ਤਰ੍ਹਾਂ ਦਾ ਨੋਟੀਫਿਕੇਸ਼ਨ ਤਾਂ ਦੇਖ ਹੀ ਰਹੇ ਹੋਏਗਾ ਇਹਦਾ ਐਡਰੈਸ ਹੈ ਜੋ ਤੁਲਾਵਾ 700 ਪੋਸਟਾਂ ਇਹ ਜੋ ਆਈਆਂ ਹੋਈਆਂ ਨੇ ਸਾਇੰਸ ਦੀਆਂ ਸਭ ਤੋਂ ਜ਼ਿਆਦਾ ਪੋਸਟਾਂ ਇਹ ਜੋ ਪਹਿਲੇ ਨੰਬਰ ਤੇ ਇੰਗਲਿਸ਼ ਦੀਆਂ ਨੇ 880 ਪੋਸਟਾਂ ਤੇ ਫਿਰ ਸਾਇੰਸ ਦੀਆਂ ਨੇ ਜਿਨ੍ਹਾਂ ਦਾ ਇੰਗਲਿਸ਼ ਅਤੇ ਸਾਇੰਸ ਕੰਬੀਨੇਸ਼ਨ ਹੈ ਜੇ ਦੋਨੋਂ ਸਬਜੈਕਟ ਕਿਸੇ ਵੀ ਕੰਬੀਨੇਸ਼ਨ ਚ ਆਉਂਦੇ ਨੇ ਤਾਂ ਬਹੁਤ ਹੀ ਵਧੀਆ ਬੇਨਿਫਿਟ ਹੈ ਕਿ ਬਹੁਤ ਜ਼ਿਆਦਾ ਪੋਸਟਾਂ ਆਈ ਹੋਈਆਂ ਨੇ ਬਾਕੀ ਇਹਨਾਂ ਨੇ ਵੈਬਸਾਈਟ ਦਿੱਤੀ ਹੋਈ ਹੈ ਅਪਡੇਟ ਜਾਣਕਾਰੀ ਹੈ ਜੋ ਇਸ ਵੈਬਸਾਈਟ ਵੀ ਤੁਸੀਂ ਚੈੱਕ ਕਰਦੇ ਲਿਓ ਇਸ ਤੋਂ ਇਲਾਵਾ ਸੀ ਤੁਹਾਨੂੰ ਅਸੀਂ ਪ੍ਰੋਵਾਈਡ ਕਰਾਂਗੇ ਤਾਂ ਮੇਨ ਗੱਲ ਕਰਾਂਗੇ ਜੀ ਕੈਟਾਗਰੀ ਵਾਈਜ਼ ਅਸਾਮੀਆਂ ਦੀ ਵੰਡ ਸਾਇੰਸ ਸਬਜੈਕਟ ਦੀ ਤਾਂ ਇਹ ਸਾਰੀ ਵੰਡ ਹੈ ਜੀ ਕੈਟਾਗਰੀ ਅਤੇ ਅਸਾਮੀਆਂ ਪਹਿਲੇ ਗੱਲ ਕਰਦੇ ਆ ਜਨਰਲ ਕੈਟਾਗਰੀ ਇਹਦੇ ਆਉਣਗੀਆਂ ਜਿੰਨਾਂ ਨੂੰ 273 ਪੋਸਟਾਂ ਜਨਰਲ ਕੈਟਾਗਰੀ ਵਾਸਤੇ ਸਾਇੰਸ ਸਬਜੈਕਟ ਦੀਆਂ ਅਨੁਸੂਚਿਤ ਜਾਤੀ ਐਮ ਅਤੇ ਵੀ ਇਹਨਾਂ ਨੂੰ ਆਉਣਗੀਆਂ 70 ਅਨੁਸੂਚਿਤ ਜਾਤੀ ਆਰ ਤੇ ਓ ਇਹਨਾਂ ਨੂੰ ਵੀ 70 ਆਉਣਗੀਆਂ ਅਨੁਸੂਚਿਤ ਜਾਤੀ ਜੋ ਸਾਬਕਾ ਫੌਜੀ ਨੇ ਐਮ ਅਤੇ ਵੀ ਤਾਂ ਉਹਨਾਂ ਨੂੰ ਆਉਣਗੀਆਂ 14 ਅਨੁਸੂਚਿਤ ਜਾਤੀ ਸਾਫ ਕਾ ਫੌਜੀ ਆਰ ਤੇ ਓ ਇਹਨਾਂ ਨੂੰ ਵੀ 14 ਆਉਣਗੀਆਂ ਅਨੁਸੂਚਿਤ ਜਾਤੀ ਜਿਹੜੇ ਖਿਡਾਰੀ ਹੋਣਗੇ ਐਮ ਅਤੇ ਵੀ ਇਹਨਾਂ ਨੂੰ 4 ਆਉਣਗੀਆਂ ਅਨੁਸੂਚਿਤ ਜਾਤੀ ਖਿਡਾਰੀ ਆਰ ਅਤੇ ਓ ਇਹਨਾਂ ਨੂੰ 3 ਵੈਕੈਂਸੀਆਂ ਆਉਣਗੀਆਂ ਪਛੜੀਆਂ ਸ਼੍ਰੇਣੀਆਂ ਲਈ 70 ਵੈਕੈਂਸੀਆਂ ਨੇ ਪਛੜੀਆਂ ਸ਼੍ਰੇਣੀਆਂ ਜੋ ਸਾਫ ਕਾ ਫੌਜੀ ਨੇ ਉਹਨਾਂ ਲਈ 14 ਵੈਕੈਂਸੀਆਂ ਨੇ ਜਨਰਲ ਖਿਡਾਰੀ ਇਹਨਾਂ ਲਈ 14 ਵੈਕੈਂਸੀਆਂ ਨੇ ਆਜ਼ਾਦੀ ਕੋਲਾਟੀਏ ਇਹਨਾਂ ਦੀਆਂ 7 ਪੋਸਟਾਂ ਨੇ ਸਾਬਕਾ ਫੌਜੀ ਜਨਰਲ ਇਹਨਾਂ ਦੀਆਂ 49 ਪੋਸਟਾਂ ਨੇ ਇਸ ਤੋਂ ਬਾਅਦ 13 ਨੰਬਰ ਤੇ ਆ ਜੋ ਅੰਗਹੀਨ ਹੋਣਗੇ ਕਿੰਨੇ ਪ੍ਰਤੀਸ਼ਤ ਅੰਗਹੀਨਤਾ ਤਾਂ ਉਸ ਹਿਸਾਬ ਨਾਲ ਇਹ ਪੋਸਟਾਂ ਆਈਆਂ ਹੋਈਆਂ ਨੇ ਤਾਂ 7-7 ਦੇ ਲਗਭਗ ਇਹ ਜੋ ਵੰਡੀਆਂ ਇਹ ਪੋਸਟਾਂ ਹੋਣਗੀਆਂ ਜਿਨ੍ਹਾਂ ਦਾ ਕੁੱਲ ਮਿਲਾ ਕੇ ਜੋੜ ਹੈ ਜੋ ਜੋ ਵੀਕਰ ਵੀਕਰ ਸੈਕਸ਼ਨ ਹੈ ਜੋ ਜਨਰਲ ਕੈਟਾਗਰੀ ਦਾ ਉਹਨਾਂ ਦੀਆਂ 70 ਪੋਸਟਾਂ ਨੇ ਤਾਂ ਕੁੱਲ ਜੋੜ ਇਹਨਾਂ ਦਾ 700 ਬੰਦ ਹੈ ਸਾਇੰਸ ਸਬਜੈਕਟ ਦਾ ਇਸ ਤੋਂ ਬਾਅਦ ਗੱਲ ਕਰਦਾਂਗੇ ਅਸੀਂ ਫੀਸ ਉਮਰ ਇਸ ਤੋਂ ਇਲਾਵਾ ਅਸੀਂ ਕਹ ਦੱਸਿਆ ਜੀ ਇਹਦੀ ਵਿਦਿਅਕ ਯੋਗਤਾਵਾਂ ਸਹੀ ਮਾਸਟਰ ਸ਼ੁੱਡੇ ਪਾਸਡ ਬੀ ਐਸ ਸੀ ਵਿਦ 45% ਮਾਰਕਸ ਜਨਰਲ ਕੈਟਾਗਰੀ ਵਾਸਤੇ ਦੇ 40% ਮਾਰਕਸ ਹੈਗਾ ਸ਼ਡਿਊਲ ਕਾਸਟ ਸ਼ਡਿਊਲ ਡਰਾਈਵਸ ਆਦਰ ਬੈਕਵਰਡ ਕਲਾਸਸ ਇਹਨਾਂ ਵਾਸਤੇ ਹੈ 45% ਹੈ ਜੇ ਤੁਹਾਡੇ ਜਰਨਲ ਕੈਟਾਗਰੀ ਵਾਸਤੇ ਜ਼ਰੂਰੀ ਨੇ ਅਤੇ ਬਾਕੀ ਨਾਦਰ ਕਾਸਟ ਵਾਸਤੇ ਇਹ ਜੋ 40% ਹੋਣੇ ਜ਼ਰੂਰੀ ਨੇ ਇਸ ਤੋਂ ਇਲਾਵਾ ਜੋ ਇਹਨਾਂ ਨੇ ਗੱਲ ਕਰੀ ਜਾਂਦੀ ਨੇ ਕੈਮਿਸਟਰੀ ਮੈਥਮੈਟਿਕਸ ਜਾਂ ਤੁਸੀਂ ਹੈ ਜੋ ਬੀਐਸਸੀ ਫਿਜ਼ਿਕਸ ਮੈਥਮੈਟਿਕਸ ਜਾਂ ਐਨੀ ਇਕਵਲੈਂਟ ਕੋਲਡਿਗੇਸ਼ਨ ਸਰਟੀਫਾਈਡ ਇਹਨਾਂ ਨੇ ਜੋ ਵੀ ਕੁਆਲਿਫਿਕੇਸ਼ਨ ਦਿੱਤੀ ਹੋਈ ਹੈ ਤੁਸੀਂ ਦੇਖ ਸਕਦੇ ਹੋ ਬੀਐਡ ਤੁਹਾਡੀ ਹੈ ਜੋ ਕਰੀ ਹੋਣੀ ਚਾਹੀਦੀ ਹੈ ਜ਼ਰੂਰੀ ਹੈ ਸਾਇੰਸ ਮੈਡੀਕਲ ਦੀ ਗੱਲ ਕੀਤੀ ਜਾਂਦੀ ਹੈ ਤਾਂ ਬੀਐਸਸੀ ਵਿਦ 45% ਮਾਰਕਸ ਜਰਨਲ ਕੈਟਾਗਰੀ ਵਾਸਤੇ ਜਿਵੇਂ ਤੁਹਾਨੂੰ ਪਹਿਲਾਂ ਦੱਸ ਦਿੱਤਾ ਹੈ ਅਤੇ 40% ਮਾਰਕਸ ਜੋ ਆਦਰ ਕਾਸਟ ਵਾਸਤੇ ਹੋਣੇ ਜ਼ਰੂਰੀ ਨੇ ਇਸ ਤੋਂ ਇਲਾਵਾ ਜੋ ਇਹਨਾਂ ਨੇ ਫਿਜ਼ੀਕਲੀ ਹੈਂਡੀਕੈਪੈਂਟ ਕੈਂਡੀਡੇਟਸ ਡੇਢ ਵਾਸਤੇ ਜੋ ਕੀਤਾ ਹੈ ਜੀ ਤੁਹਾਡੀ ਇਹ ਜੋ ਗ੍ਰੈਜੂਏਸ਼ਨ ਹੈ ਉਹ ਯੂਨੀਵਰਸਿਟੀ ਇੰਸਟੀਟਿਊਸ਼ਨਸ ਕੇਸੇ ਤੋਂ ਮਾਨਤਾ ਪ੍ਰਾਪਤ ਹੋਣੀ ਜਾਂਦੀ ਹੈ ਇਹ ਸਬਜੈਕਟ ਤੁਹਾਡੇ ਕੋਲੇ ਬਾਇਓਲੋਜੀ ਫਿਜ਼ਿਕਸ ਕੈਮਿਸਟਰੀ ਜਾਂ ਬੀਐਸਸੀ ਆਨਰਸ ਇਨ ਐਦਰ ਆਫ ਥੀਸ ਸਬਜੈਕਟ ਜਾ ਫਿਰ ਬੀ ਐਸ ਸੀ ਲਾਈਫ ਸਾਇੰਸ ਜਾਂ ਫਿਰ ਬੀ ਐਸ ਸੀ ਫਿਜ਼ੀਕਲ ਸਾਇੰਸ ਜਾਂ ਫਿਰ ਬੀ ਐਸ ਸੀ ਬਾਇਓ ਟੈਕਨੋਲੋਜੀ ਤੇ ਸਾਰੇ ਸਬਜੈਕਟ ਦਿੱਤੇ ਹੋਏ ਨੇ ਇਨਚੂ ਜੋ ਵੀ ਤੁਸੀਂ ਸਬਜੈਕਟ ਦੇਖ ਸਕਦੇ ਹੋ ਤੁਸੀਂ ਗ੍ਰੈਜੂਏਸ਼ਨ ਕੀਤੀ ਹੋਈ ਹੈ ਉਸ ਤੇ ਆਧਾਰ ਤੇ ਤੁਸੀਂ ਅਪਲਾਈ ਕਰ ਸਕਦੇ ਹੋ ਕਿਉਂਕਿ ਇਕੱਲਾ ਇਕੱਲਾ ਸੀ ਤੁਹਾਨੂੰ ਬੋਲ ਕੇ ਦੱਸਾਂਗਾ ਤਾਂ ਵੀਡੀਓ ਬਹੁਤ ਜ਼ਿਆਦਾ ਲੌਂਗ ਬਣ ਜਾਂਦੀ ਹੈ ਇਸ ਤੋਂ ਇਲਾਵਾ ਇਹ ਤੁਹਾਡਾ ਹੈ ਜੋ ਪੰਜਾਬ ਰਾਜ ਯੋਗਤਾ ਅਧਿਆਪਕ ਟੈਸਟ ਪੀਐਸਟੈਟ ਪੇਪਰ 2 ਪਾਸ ਕੀਤਾ ਹੋਣਾ ਲਾਜ਼ਮੀ ਹੈ ਤਾਂ ਇਹਦਾ ਮਾਸਟਰਕੀਟ ਦਾ ਚੋਣ ਦਾ ਟੰਕੀ ਹੋਵੇਗਾ ਜਿਹੜਾ ਦਾ ਪੇਪਰ ਹੋਗਾ 150 ਅੰਕ ਦਾ ਹੋਵੇਗਾ ਇਸੇ ਦੇ ਆਧਾਰ ਤੇ ਜੋ ਮੈਰਟ ਕੀਤੀ ਜਾਵੇਗੀ ਇਸ ਤੋਂ ਇਲਾਵਾ ਜਿਹੜੇ ਤੁਹਾਡੇ ਪੰਜਾਬ ਟੈਟ ਵਿੱਚੋਂ ਨੰਬਰ ਆਏ ਹੋਣਗੇ ਉਹ ਮਾਸਟਰਕੀਟ ਦੀ ਮੈਰਟ ਵਿੱਚ ਨਹੀਂ ਜੋੜੇ ਜਾਣਗੇ ਤਾਂ ਪੰਜਾਬ ਟੈਟ ਦਾ ਕੋਈ ਤੁਹਾਨੂੰ ਇਹ ਜੋ ਬੇਨਫੀਟ ਨਹੀਂ ਮਿਲੇਗਾ ਉਹ ਸਿਰਫ ਐਲੀਜੀਬਲ ਹੋਣੇ ਤੁਸੀਂ ਅਗਰ ਪੰਜਾਬ ਟੈਟ ਪਾਸ ਕਰਦੇ ਹੋ ਬੇਸਕ ਤੁਹਾਡੇ 90 ਨੰਬਰ ਨੇ ਬੇਸਕ ਤੁਹਾਡੇ 82 ਨੰਬਰ ਨੇ ਜਾਂ ਫਿਰ 125 ਨੰਬਰ ਨੇ ਤਾਂ ਸਾਰਿਆਂ ਲਈ ਇਕੁਅਲ ਰਹੇਗਾ ਤਾਂ ਕੁਆਲੀਫਾਈ ਮੰਨੇ ਜਾਣਗੇ ਉਹਨਾਂ ਨੰਬਰਾਂ ਦਾ ਬੇਨਿਫਿਟ ਤੁਸੀਂ ਮਾਸਟਰ ਕੈਡਰ ਵਿੱਚ ਨਹੀਂ ਲੈ ਸਕਦੇ ਨਾ ਹੀ ਉਹ ਨੰਬਰ ਇਹਦੇ ਵਿੱਚ ਜੁੜਨਗੇ ਕੇਵਲ ਮਾਸਟਰ ਕੈਡਰ ਦਾ ਜਿਹੜਾ ਐਗਜ਼ਾਮ ਹੋਏਗਾ 150 ਨੰਬਰ ਦਾ ਹੋਏਗਾ ਉਸੇ ਦੇ ਆਧਾਰ 'ਤੇ ਮੈਟ ਬਣਾਈ ਜਾਂਦੀ ਹੈ 150 ਵਿੱਚੋਂ ਕਿੰਨੇ ਤੁਸੀਂ ਮਾਰਕਸ ਲੈਨੇ ਹੋ ਉਸੇ ਦੇ ਆਧਾਰ 'ਤੇ ਤੁਹਾਡੀ ਸਿਲੈਕਸ਼ਨ ਹੋਵੇਗੀ ਇਸ ਤੋਂ ਇਲਾਵਾ ਜ਼ਰੂਰੀ ਗੱਲ ਹੋਰ ਹੈ ਅਗਰ ਤੁਹਾਡੇ ਟੈਸਟ ਵਿੱਚੋਂ ਬਰਾਬਰ ਅੰਕ ਆਉਂਦੇ ਹਨ ਤਾਂ ਉਮੀਦਵਾਰ ਦੀ ਜਿਹੜੀ ਦੀ ਉਮਰ ਵੱਧ ਹੋਏਗੀ ਉਸ ਨੂੰ ਮੈਟ ਵਿੱਚ ਪਹਿਲਾਂ ਰੱਖਿਆ ਜਾਏਗਾ ਜੇ ਇੱਕ ਤੋਂ ਵੱਧ ਉਮੀਦਵਾਰਾਂ ਦੇ ਅੰਕ ਅਤੇ ਉਮਰ ਦੋਨੋਂ ਇੱਕੋ ਜਿਹੀ ਹੋਣ ਤਾਂ ਉਮੀਦਵਾਰ ਦੇ ਜੋ ਗ੍ਰੈਜੂਏਸ਼ਨ ਵਿੱਚ ਜਿਸ ਦੀ ਵੱਧ ਪ੍ਰਤੀਸ਼ਤ ਅੰਕ ਹੋਣਗੇ ਉਸ ਨੂੰ ਮੈਟ ਵਿੱਚ ਪਹਿਲਾਂ ਰੱਖਿਆ ਜਾਵੇਗਾ ਇਹ ਧਿਆਨ ਦੇਣ ਜੋ ਗੱਲ ਹੈ ਅਗਰ ਤੁਹਾਡੀ ਮੈਟ ਭਿੱਟਦੀ ਹੈ ਤਾਂ ਇਸ ਹਿਸਾਬ ਤੇ ਤੁਹਾਡੀ ਮੈਟ ਬਣਾਈ ਜਾਏਗੀ ਅੱਗੇ ਅਦਾਏਗੀ ਜੋਗ ਰਕਮੇ ਕੱਲ ਵੀ ਅਸੀਂ ਵੀਡੀਓ ਵਿੱਚ ਇਹ ਚੀਜ਼ਾਂ ਦੱਸ ਦਿੱਤੀਆਂ ਸੀ ਤਾਂ ਮੋਟਾ-ਮੋਟਾ ਰਿਪੀਟ ਕਰ ਦੇਵਾਂਗੇ ਤਾਂ 10 300 ਤੋਂ ਸਟਾਰਟਿੰਗ ਹੋਵੇਗੀ ਬਾਕੀ ਜਿਹੜੇ ਸਰਕਾਰ ਦੇ ਰੂਲ ਹੋਣਗੇ ਉਹਦੇ ਦਾ ਆਧਾਰਿਤ ਹੈ ਜੋ ਇਹ ਪੇ ਦਿੱਤੀ ਜਾਏਗੀ ਉਮਰ ਸੀਮਾ ਦੀ ਗੱਲ ਕਰਦੇ ਹਾਂ 18 ਤੋਂ 37 ਸਾਲ ਤੱਕ ਉਮਰ ਹੋਣੀ ਚਾਹੀਦੀ ਹੈ ਪੰਜਾਬ ਰਾਜ ਦੇ ਅਨੁਸੂਚਿਤ ਜਾਤੀ ਪਾਸਟੇਟਰੀ ਨੇ ਦੇ ਉਮੀਦਵਾਰਾਂ ਉੱਪਰਲੀ ਉਮਰ ਸੀਮਾ ਹੱਦ ਵਿੱਚ 5 ਸਾਲ ਦੀ ਛੋਟ ਦਿੱਤੀ ਜਾਏਗੀ ਇਸ ਤੋਂ ਇਲਾਵਾ ਪੰਜਾਬ ਹੋਰ ਰਾਜਾਂ ਕੇਂਦਰੀ ਸਰਕਾਰ ਦੇ ਕਰਮਚਾਰੀਆਂ ਦੀ ਉੱਪਰਲੀ ਸੀਮਾ ਦੀ ਹੱਦ 45 ਸਾਲ ਤੱਕ ਹੋਵੇਗੀ। ਇਸ ਤੋਂ ਇਲਾਵਾ ਇਹ ਜਾਣਕਾਰੀ ਤੁਸੀਂ ਸਾਡੀ ਬਾਕੀ ਦੀ ਜਿਹੜੀ ਕੱਲੇ ਸੀ ਵੀਡੀਓ ਪ੍ਰੋਵਾਈਡ ਕੀਤੀ ਆ ਉਹਦੇ ਵਿੱਚ ਵੀ ਤੁਸੀਂ ਰੀਡ ਕਰ ਸਕਦੇ ਹੋ। ਇਸ ਤੋਂ ਇਲਾਵਾ ਇਹ ਤੁਸੀਂ ਪ੍ਰੋਸੈਸਿੰਗ ਜੋ ਫੀਸ ਦਾ ਹੈਗਾ ਉਹ ਤੁਹਾਨੂੰ ਅਸੀਂ ਦੱਸ ਦਿੰਨੇ ਆ ਜਿਹੜੀ ਮੇਨ ਜਾਣਕਾਰੀ ਹੈ। ਤਾਂ ਜਰਨਲ ਅਤੇ ਹੋਰ categories ਲਈ ਹੈ ਜੋ 1000 ਰੁਪਏ ਫੀਸ ਹੋਏਗੀ। ਰਿਜ਼ਰਵ ਕੈਟਾਗਰੀ ਐਸਸੀ ਐਸਟੀ ਲਈ ਹੈ ਜੋ 500 ਰੁਪਏ ਫੀਸ ਹੋਏਗੀ ਸਾਊਕਾ ਸੈਨਕ ਜੋ ਖੁਦ ਹੋਏਗਾ ਇਹਨਾਂ ਲਈ ਕੋਈ ਫੀਸ ਨਹੀਂ ਹੋਏਗੀ ਇਸ ਤੋਂ ਇਲਾਵਾ ਅਪਲਾਈ ਕਰਨ ਦਾ ਪ੍ਰੋਸੈਸ ਕੀ ਹੋਏਗਾ ਵਿਧੀ ਕੀ ਹੋਏਗੀ ਇਹ ਤੁਹਾਨੂੰ ਦੱਸ ਦਿੰਨੇ ਜੋ ਬਹੁਤ ਜ਼ਰੂਰੀ ਹੈ ਆਨਲਾਈਨ ਪ੍ਰੋਸੈਸ ਵਿਲ ਬੀ ਸਟਾਰਟ 29 ਦੋ 2020 ਇਹਨਾਂ ਦੀ ਵੈਬਸਾਈਟ ਹੈ www.educationrecruitmentwar.com ਠੀਕ ਹੈ ਜੀ ਦੂਜੇ ਨੰਬਰ ਤੋਂ ਸਟਾਰਟ ਕਰਾਂਗੇ ਜਿਹੜੀ ਉਪਰੋਕਤ ਦਰਸਾਈ ਗਈ ਵੈਬਸਾਈਟ ਹੈ ਵਾਲੀ ਵੈਬਸਾਈਟ ਉੱਤੇ ਰਜਿਸਟ੍ਰੇਸ਼ਨ ਕਰਵਾਈ ਜਾਏਗੀ ਸਭ ਤੋਂ ਪਹਿਲਾਂ ਰਜਿਸਟ੍ਰੇਸ਼ਨ ਕਰਾਉਣ ਲਈ ਇਸ ਵੈਬਸਾਈਟ ਉੱਤੇ ਇੱਕ ਲਿੰਕ ਜਿਹਦਾ ਨਾਮ ਹੋਏਗਾ ਨਿਊ ਰਜਿਸਟ੍ਰੇਸ਼ਨ ਇਤੇ ਕਲਿੱਕ ਕੀਤਾ ਜਾਵੇਗਾ ਅਤੇ ਜੋ ਇਹ ਜਾਣਕਾਰੀ ਮੰਗਣਗੇ ਇਸ ਵਿੱਚ ਭਰੀ ਜਾਵੇਗੀ ਇਸ ਵਿੱਚ ਰਜਿਸਟ੍ਰੇਸ਼ਨ ਕਰਨ ਉਪਰੰਤ ਰਜਿਸਟ੍ਰੇਸ਼ਨ ਵਾਲੀ ਕੋਈ ਵੀ ਜਾਣਕਾਰੀ ਦੁਬਾਰਾ ਅਪਡੇਟ ਜਾਂ ਐਡਿਟ ਨਹੀਂ ਕੀਤੀ ਜਾਵੇਗੀ ਤੀਜੇ ਨੰਬਰ ਤੇ ਰਜਿਸਟ੍ਰੇਸ਼ਨ ਉਪਰੰਤ ਉਮੀਦਵਾਰ ਵੱਲੋਂ ਆਪਣੇ ਰਜਿਸਟ੍ਰੇਸ਼ਨ ਨੰਬਰ ਪਾਸਵਰਡ ਦੀ ਮਦਦ ਨਾਲ ਅਕਾਊਂਟ ਲੌਗਨ ਵਿੱਚ ਕੀਤਾ ਜਾਵੇਗਾ ਉਮੀਦਵਾਰ ਵੱਲੋਂ ਐਪਲੀਕੇਸ਼ਨ ਫੀਸ ਨਾਮ ਤੇ ਲਿਖ ਕੇ ਉਸ ਉਤੇ ਕਲਿੱਕ ਕਰਨ ਉਪਰੰਤ ਇਹ ਜੋ ਬੈਂਕ ਦੀ ਵੈਬਸਾਈਟ ਉੱਤੇ ਫਾਰਮ ਨੂੰ ਭਰਿਆ ਜਾਵੇਗਾ ਫਾਰਮ ਵਿੱਚ ਤੁਹਾਡਾ ਰਜਿਸਟ੍ਰੇਸ਼ਨ ਨੰਬਰ ਹੋਵੇਗਾ ਨਾਮ ਹੋਵੇਗਾ ਤੁਹਾਡਾ ਮੋਬਾਈਲ ਨੰਬਰ ਸਹੀ ਭਰਿਆ ਜਾਵੇਗਾ ਉਮੀਦਵਾਰ ਵੱਲੋਂ ਫੀਸ ਭਰਨ ਲਈ ਚਲਾਨ ਜਨਰੇਟ ਕੀਤਾ ਜਾਵੇਗਾ ਜਿਵੇਂ ਆਪਾਂ ਪੰਜਾਬ ਟੈਟ ਦਾ ਅਪਲਾਈ ਕਰਨ ਵੇਲੇ ਕਰਦੇ ਆ ਤਾਂ ਬਿਲਕੁਲ ਵਹੀ ਉਸੇ ਤਰ੍ਹਾਂ ਹੀ ਪੈਟਰਨ ਹੈ ਇਹ ਜਾ ਤੁਹਾਡੀ ਫੀਸ ਜਮ੍ਹਾਂ ਹੋ ਜਾਏਗੀ ਪੰਜਾਬ ਨੈਸ਼ਨਲ ਬੈਂਕ ਵਿੱਚ ਹੋਏਗੀ ਤਾਂ ਅਗਲੇ ਦਿਨ ਤੁਸੀਂ ਅਪਲਾਈ ਕਰ ਸਕੋਗੇ ਇਸ ਤੋਂ ਇਲਾਵਾ ਤੁਸੀਂ ਆਪਣੀ ਸਵੈ ਤਸਦੀਕੀ ਫੋਟੋ ਅਤੇ ਸਕੈਨ ਕੀਤੇ ਗਏ ਹਸਤਾਖਰ ਆਨਲਾਈਨ ਅਪਲਾਈ ਕਰਨ ਸਮੇਂ ਅਪਲੋਡ ਕਰੋਗੇ ਤਾਂ ਇਹ ਸਾਰੀ ਮੋਟੀ ਮੋਟੀ ਜਾਣਕਾਰੀ ਸੀ ਜੀ ਜੋ ਸੀ ਤੁਹਾਡੇ ਨਾਲ ਸ਼ੇਅਰ ਕੀਤੀ ਹੈ ਮੇਨ ਹੈ ਜੋ ਇਹਦਾ ਵੈਕੈਂਸੀਆਂ ਦੀ ਵੰਡ ਹੈ ਕਿਹੜੇ ਸਬਜੈਕਟ ਵਿੱਚ ਕਿਹੜੀ ਕੈਟਾਗਰੀ ਦੇ ਕਿੰਨੇ ਵੈਕੈਂਸੀਆਂ ਸੀ ਇਹ ਚੀਜ਼ ਤੁਹਾਡ ساری ਜੋ ਅਸੀਂ ਕੱਲ ਵੀਡੀਓ ਪ੍ਰੋਵਾਈਡ ਕੀਤੀ ਹੈ ਇੰਗਲਿਸ਼ ਵਿੱਚ ਉਸ ਵਿੱਚ ਉਹਦੇ ਵਿੱਚ ਪੂਰਾ ਡਿਟੇਲ ਨਾਲ ਦੱਸਿਆ ਹੋਇਆਗਾ ਉਹ ਵੀਡੀਓ ਤੁਸੀਂ ਜਰੂਰ ਰੀਡ ਕਰ ਲਿਓ ਸੋ 1 ਬਾਈ 1 ਸਾਰੇ ਸਬਜੈਕਟ ਦੱਸੂ ਕੈਟਾਗਰੀ ਵਾਈਜ਼ ਵਨ ਅਸੀਂ ਜਰੂਰ ਦੱਸਾਂਗੇ ਵੀਡੀਓ ਚੰਗੀ ਲੱਗੇ ਲਾਈਕ ਕਮੈਂਟ ਅਤੇ ਅੱਗੇ ਜਰੂਰ ਸ਼ੇਅਰ ਕਰ ਦਿਓ ਜੀ ਧੰਨਵਾਦ